ISI ਪਾਕਿਸਤਾਨ ਦੀ ਤਿਆਰ ਬੈਠੀ ਇਹੋ ਜਿਹੇ ਬੰਦਿਆਂ ਨੂੰ ਲੈਣ। ਕਸ਼ਮੀਰ ਦੇ ਵਿੱਚ ਉਹ ਬਾਹਰੋਂ ਬੰਦੇ ਭੇਜ ਰਹੇ ਨੇ ਜੀ, ਹੁਣ ਤੁਸੀਂ ਟ੍ਰੇਡ ਕਰਕੇ ਖੁਦ ਦੇ ਰਹੇ ਹੋ ਕਿ ਇਹਨਾਂ ਨੂੰ ਨਾ ਤੇ ਪੈਨਸ਼ਨ ਮਿਲੇਗੀ ਨਾ ਇਹਨਾਂ ਨੂੰ ਕੋਈ ਕੰਟੀਨ ਫੈਸਿਲਿਟੀਜ਼ ਮਿਲੇਗੀ ਨਾ ਇਹਨਾਂ ਨੂੰ ਕੋਈ ਹੈਲਥ ਫੈਸਿਲਿਟੀਜ਼ ਜਾਣੂ ECHS ਜਿਹਨੂੰ ਕਿਹਾ ਜਾਂਦਾ ਜੀ, ਇਹਨਾਂ ਨੂੰ ਕੋਈ ਚੀਜ਼ ਮੁਹੱਈਆ ਨਹੀਂ। ਕਾਰਪੋਰੇਟ ਹਾਊਸਿਸ ਨੇ ਕਿਹਾ ਕਿ ਅਸੀਂ ਅਬਜ਼ਰਵ ਕਰ ਲਾਂਗੇ। ਉਹ ਕੀ ਅਬਜ਼ਰਵ ਕਰਨਗੇ? ਕੀ ਉਹ ਮਲਕ ਐਜ਼ ਅ ਸਿਕਿਉਰਿਟੀ ਗਾਰਡ? ਅਗਰ ਇਸ ਗਵਰਨਮੈਂਟ ਨੇ ਇਹੋ ਜਿਹੀ ਸਕੀਮ ਲਾਣੀ ਸੀ ਜਾਂ ਸੋਚ ਰਹੇ ਸੀ, ਕੋਈ ਵੀ ਚੀਜ਼ ਜਿਹੜੀ ਇੰਟਰੋਡਿਊਸ ਕੀਤੀ ਜਾਂਦੀ ਹੈ ਉਹਨੂੰ ਪਹਿਲਾਂ ਪਰਖਿਆ ਜਾਂਦਾ। ਇਹ ਬੱਚੇ ਜਿਹੜੇ ਜਾ ਕੇ ਨੇ, ਯੰਗ ਬੱਚੇ, ਐਕਚੁਅਲੀ ਤੁਸੀਂ ਪੈਦਾ ਕਰ ਰਹੇ ਹੋ ਇੱਕ ਗੈਂਗਸਟਰ ਬਣਨ। ਇੱਕ ਲਾਈਵ ਐਗਜ਼ਾਮਪਲ ਹੈ ਕਿ ਰਸ਼ੀਆ ਕਿਉਂ ਮਾਰ ਖਾ ਰਿਹਾ। ਇਸਦਾ ਵੱਡਾ ਕਾਰਨ ਇਹ ਕਿ ਉਹਦੇ ਵਿੱਚ ਅਗਨੀਵੀਰ ਨੇ ਕੋਈ ਅਸ਼ੋਰ ਨਹੀਂ ਕਰਦੇ ਉਹਨੂੰ ਜੋਬ, ਜਾਂ ਤਾਂ ਹੋਏ ਨਾ ਕਿ ਅਸ਼ੋਰਡ ਹੈ ਕਿ ਤੁਸੀਂ ਇਸ ਤੋਂ ਬਾਅਦ CISF ਚੱਲ ਜਾਓਗੇ ਜੀ, ਅਬਜ਼ਰਵ ਹੋ ਜਾਓਗੇ। ਉਹਨਾਂ ਨੇ ਪਹਿਲਾਂ ਆਪਣੀਆਂ ਤਲਵਾਰਾਂ ਕੱਢੀਆਂ ਨੇ ਕਿ ਮੈਂ ਸਵਾਲ ਨਹੀਂ ਪਤਾ ਹੁੰਦਾ ਸੀ ਡਿਫੈਂਸ ਮਿਨਿਸਟਰੀ ਦੇ ਕਿਸੇ ਬੰਦੇ ਨੇ। ਸਤਿ ਸ਼੍ਰੀ ਅਕਾਲ, ਪੰਜਾਬੀ ਨੈਸ਼ਨਲ TV ਵੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਗੁਰਪ੍ਰੀਤ ਦੇਵ। ਅਸੀਂ ਅਕਸਰ ਹੀਰੋ ਸਿਰਫ ਉਹਨਾਂ ਨੂੰ ਮੰਨਦੇ ਹਾਂ ਜਿਹੜੇ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਹਾਂ, ਸਟੰਟ ਕਰਦੇ ਹੋਏ ਵੇਖਦੇ ਹਾਂ, ਪਰ ਅੱਜ ਅਸੀਂ ਗੱਲ ਕਰਾਂਗੇ ਅਸਲ ਜ਼ਿੰਦਗੀ ਦੇ ਵਿੱਚ ਨਾਇਕ ਦੋ ਜੰਗਾਂ ਲੜ ਚੁੱਕੇ ਜਿਨ੍ਹਾਂ ਦੀ ਧੂਮ ਪਾਕਿਸਤਾਨ ਤੱਕ ਹੈ, ਉਹਨਾਂ ਦੇ ਕਾਰਨਾਮਿਆਂ ਦੇ ਕਰਕੇ ਉਹ ਜਾਣੇ ਜਾਂਦੇ ਨੇ। ਅੱਜ ਗੱਲ ਕਰਾਂਗੇ ਬ੍ਰਿਗੇਡੀਅਰ MPS ਬਾਜਵਾ ਯੁੱਧ ਸੇਵਾ ਮੈਡਲ, ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹਨਾਂ ਕੋਲੋਂ ਜਾਣਾਂਗੇ ਜੋ ਮੌਜੂਦਾ ਸਮੇਂ ਦੇ ਹਾਲਾਤ ਨੇ, ਖਾਸ ਕਰਕੇ ਕੇਂਦਰ ਵੱਲੋਂ ਲਿਆਂਦੀ ਗਈ ਯੋਜਨਾ ਅਗਨੀਪਥ ਦੇ ਬਾਰੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬੀ ਨੈਸ਼ਨਲ TV ਨਾਲ ਦੇ ਸਰੋਤਿਆਂ ਨੂੰ ਮੁਖਾਤਬ ਅੱਜ ਹੋ ਰਿਹਾ ਜੀ। ਬੜੀ ਖੁਸ਼ਕਿਸਮਤੀ, ਮੇਰੇ ਖਿਆਲ ਮੇਰੀ ਬਹੁਤ ਖੁਸ਼ੀ ਦੀ ਗੱਲ ਹੈ ਜੀ। ਬ੍ਰਿਗੇਡੀਅਰ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹੁਣ ਤੋਂ, ਹਾਲਾਤ ਤੁਸੀਂ ਵੀ ਵੇਖ ਰਹੇ ਹੋ ਲਗਾਤਾਰ ਮੀਡੀਆ 'ਚ ਚੱਲ ਰਹੇ ਆ, ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੇਂਦਰ ਦੇ ਵੱਲੋਂ ਸਕੀਮ ਲਿਆਂਦੀ ਗਈ ਹੈ, ਅਗਨੀਪਥ ਨਾਮ ਰੱਖ ਦਿੱਤਾ ਗਿਆ ਹੈ, ਤੁਸੀਂ ਅਗਨੀਪਥ ਯੋਜਨਾ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਅਗਨੀਪਥ ਨੂੰ ਕੀ ਵੇਖਦੇ ਹੋ ਤੁਸੀਂ, ਕੀ ਹੈ? ਪਹਿਲੀ ਗੱਲ ਤਾਂ ਗੁਰਪ੍ਰੀਤ ਜੀ, ਅਗਨੀਪਥ ਨੂੰ ਸਮਝਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਕਿ ਅਗਨੀਪਥ ਯੋਜਨਾ ਹੈ ਕੀ ਸਕੀਮ। ਇਹ ਸਕੀਮ ਗਵਰਨਮੈਂਟ ਨੇ ਇਸ ਤਰ੍ਹਾਂ ਲਿਆਂਦੀ ਕਿ ਅਗਨੀਪਥ ਦੇ ਵਿੱਚ 17.5 ਸਾਲ ਦੇ ਉਮਰ ਦੇ ਬੱਚਿਆਂ ਤੋਂ ਲੈ ਕੇ, ਪਹਿਲਾਂ 21 ਸਾਲ ਤੱਕ ਸੀ, ਹੁਣ ਐਜੂਕੇਸ਼ਨ ਤੋਂ ਬਾਅਦ 23 ਸਾਲ ਤੱਕ ਕਰ ਦਿੱਤਾ ਗਿਆ। ਅਦਰ ਰੈਂਕਸ 'ਚ, ਮੈਂ ਦੁਬਾਰਾ ਕਹਾਂਗਾ, ਅਦਰ ਰੈਂਕਸ ਦਾ ਮਤਲਬ ਕਿ ਅਫਸਰ ਨਹੀਂ, ਸਿਰਫ ਜਵਾਨ ਦੇ ਤੌਰ 'ਤੇ ਭਰਤੀ ਹੋਣਗੇ ਔਰ ਉਹਨਾਂ ਨੂੰ ਕਿਹਾ ਜਾਏਗਾ ਅਗਨੀਵੀਰ ਜੀ। ਅਗਨੀਵੀਰ ਦੇ ਤੌਰ 'ਤੇ ਭਰਤੀ ਕੀਤੇ ਜਾਣਗੇ 17.5 ਸਾਲ ਦੀ ਉਮਰ ਤੋਂ ਲੈ ਕੇ 23 ਸਾਲ ਦੀ ਉਮਰ ਤੱਕ, ਜੋ ਹੁਣ ਜੋ ਲੇਟੈਸਟ ਹੈ, ਜਿਹਦੇ ਵਿੱਚ ਲੜਕੀਆਂ ਵੀ ਨੇ, ਲੜਕੇ ਵੀ ਨੇ, ਔਰ ਇਹਨਾਂ ਨੂੰ 4 ਸਾਲ ਲਈ ਫੌਜ 'ਚ ਭਰਤੀ ਕੀਤਾ ਜਾਏਗਾ। ਫੌਜ ਦਾ ਮੇਰਾ ਮਤਲਬ ਆਰਮੀ, ਏਅਰਫੋਰਸ, ਨੇਵੀ ਜੀ, ਆਰਮਡ ਫੋਰਸਿਸ ਜਿਹਨੂੰ ਕਹਿੰਦੇ ਅਸੀਂ ਜੀ। 4 ਸਾਲ ਤੋਂ ਬਾਅਦ ਇਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ 25% ਜਿਹੜੇ ਬੰਦੇ ਭਰਤੀ ਹੋਣਗੇ, 4 ਬੰਦਿਆਂ ਵਿੱਚ ਇੱਕ ਬੰਦਾ, ਉਹਨੂੰ ਰਿਟੇਨ ਕਰ ਦਿਆ ਜਾਏਗਾ 25% ਨੂੰ, ਬਾਕੀਆਂ ਨੂੰ ਬਾਹਰ ਭੇਜ ਦਿੱਤਾ ਜਾਏਗਾ ਸਰਟੀਫਿਕੇਟ ਦੇ ਕੇ ਕਿ ਦੇ ਆਰ ਕੁਆਲੀਫਾਈਡ ਅਗਨੀਵੀਰਸ। ਇਹ ਇੱਕ ਯੋਜਨਾ ਦਾ ਜਨਰਲ ਤੌਰ 'ਤੇ ਹੈ, ਸ਼ੈਲ ਕਹਿ ਸਕਦੇ ਹਾਂ, ਇਹ ਸ਼ੈਲ ਹੈ, ਇੱਕ ਹੋਰ ਹੈ, ਇਹ ਸ਼ੈਲ ਹੈ ਜੀ, ਜਿਹਦਾ ਕਿ ਗਵਰਨਮੈਂਟ ਦਾ ਕਹਿਣ ਦੇ ਮੁਤਾਬਕ ਕਿ ਇਹ ਅਸੀਂ ਆਪਣੀ ਫੌਜ ਨੂੰ ਯੰਗ ਰੱਖਣ ਲਈ, ਕਿਉਂ ਜੋ ਐਵਰੇਜ ਏਜ ਇਸ ਵਕਤ ਜੋ ਫੌਜ ਦੀ ਹੈ ਜੀ ਉਹ 32 ਸਾਲ ਹੈ, ਇਸ ਐਵਰੇਜ ਏਜ ਨੂੰ ਘਟਾ ਕੇ ਅਸੀਂ 22 ਸਾਲ ਕਰਨਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਫੌਜ ਨੂੰ ਰੱਖਿਆ ਹੈ। ਦੂਸਰੀ ਚੀਜ਼, ਉਹ ਸਮਝਦੇ ਕਿ ਇਹ ਜਿਹੜੀ ਚੀਜ਼ ਹੈ, ਅਸੀਂ ਪੈਨਸ਼ਨਸ 'ਤੇ ਇੰਨਾ ਪੈਸਾ ਖਰਚ ਕਰ ਰਹੇ ਹਾਂ, ਰੈਵਨਿਊ ਬਹੁਤ ਜ਼ਿਆਦਾ ਖਰਚ ਹੋ ਰਿਹਾ ਜੀ, ਇਹ ਜਿਹੜੇ 4 ਸਾਲ ਲਈ ਭਰਤੀ ਹੋਣਗੇ, ਮੈਂ ਦੱਸਣਾ ਜ਼ਰੂਰੀ ਸਮਝਾਂਗਾ ਕਿ ਇਹਨਾਂ ਨੂੰ ਨਾ ਤਾਂ ਪੈਨਸ਼ਨ ਮਿਲੇਗੀ ਨਾ ਇਹਨਾਂ ਨੂੰ ਕੋਈ ਕੰਟੀਨ ਫੈਸਿਲਿਟੀਜ਼ ਮਿਲੇਗੀ ਨਾ ਇਹਨਾਂ ਨੂੰ ਕੋਈ ਹੈਲਥ ਫੈਸਿਲਿਟੀਜ਼ ਜਾਣੂ ECHS ਜਿਹਨੂੰ ਕਿਹਾ ਜਾਂਦਾ ਜੀ, ਇਹਨਾਂ ਨੂੰ ਕੋਈ ਚੀਜ਼ ਮੁਹੱਈਆ ਨਹੀਂ ਹੋਏਗੀ ਜੀ। ਸੋ ਇੱਕ ਤਰ੍ਹਾਂ ਦੇ ਇੱਕ
6 महीने की ट्रेनिंग लैके और अलग अलग जगह चाहे एयरफोर्स नेवी और आर्मी के भी अलग अलग चाहे आर्टिलरी है इन्फेंट्री है ऑर्डनेंस कोर है सिग्नल्स ने इंजीनियर्स ने कई तरह की हर जगह पर उन्होंने लिया जाएगा उन्हों की योग्यता के मुताबिक या जिमें भी वो समझते हैं जी। तुसी दो जंगा लड़िया ने तजुर्बा वड्डा है तुसी अग्निवीर का दस दिता कि अग्निपथ योजना की है पर की तुहानू लगता है कि जो अग्निपथ योजना है तुहाडे तजर्बे के मुताबिक तुसी एज ए ब्रिगेडियर सानू दस सकते हो कि ये कितनी क सफल हो सकती है। पहली गल के सफल होने नालों पहला मैं एक दसा कि क्यों एजिटेशन्स हो रही ने या क्यों ये चीज़ की जा रही जी। पहली मेरी चीज़ कि अगर इस गवर्नमेंट ने यहोजी स्कीम लानी सी या सोच रहे सी कोई भी चीज़ जी इंट्रोड्यूस की जाती है उन्होंने पहले परख्या जाता उस तो कह मतलब कि इनू डेलीबरेट पहला किया जाना चाहिए पार्लीमेंट के उस तो बाद लागू किया जाना चाहिए सी एज ए पायलट प्रोजेक्ट जी भी इनू वेख्या जाए कि की ये फायदे नुकसान की ने और पहला एक ट्रायल बेसिस से लगे और फिर इन लागू किया जाए ये दो चीज़ों का होना बहुत जरूरी सी जिहड़ा कि नहीं किया। तीसरी चीज़ पिछले दो साल की तुहानू पता कि कोविड होने करके भर्तियां रुकी सी अचानक लोग वेट कर रहे सी जी। साडा यूथ पिंडां दा जिहड़ा यूथ है रूरल एरिया दा उहनां विच तीन कैटेगरीज ने एक तो बहुत पढ़े लिखे ने जिहड़े कि UPSC जा सकते ने जी जिहड़ा कि बड़े बड़े कोचिंग ने बहुत बहुत फीस है वो सारे पर्च लिख के जाते हैं PCS अफसर बनते ने या IPS अफसर बनते हैं या IAS अफसर। दूसरी कैटेगरी है जिहड़े कि सिविल जॉब्स लेंदे ने जी प्राइवेट सैक्टर जाते हैं वो भी पढ़े लिखे होंगे ने MBA टाइप ने थोड़े वाइट कॉलर जॉब्स उन्होंने मिलते हैं जी। तीसरी कैटेगरी ये आता यूथ जिन्हों के एक जद्दी पुश्ती कई जनरेशन फौज च रही उन्हें दादा परदादा फादर फौज च रहे जी और वो समझते हैं कि एक जिस्मानी तौर पर वो फिट ने अगर और उन्हें वो टेस्ट पास कर लेंगे ने तो एक सिक्योर जॉब उन्होंने वास्ते फौज है फौज है जिदे कि वो अपना उन्होंने एक सिक्योर जॉब जिस कि उन्होंने हर चीज़ मुहैया भी है जी फैमिली अकोमोडेशन भी है ने उन्होंने कंटीन फैसिलिटीज़ भी ने उन्होंने वास्ते हेल्थ वधिया प्रॉब्लम वो भी फ्री है और बाद पेंशन भी जी ये सारिया चीज़ा मुहैया होने करके जदों ये आते ने भर्ती होंगे ने अलग अलग जो रेजिमेंट्स जाते हैं खास तौर पर मैं इन्फेंट्री की गल करना चाहवा क्यों अग्निवीर इन्फेंट्री के किमें लेकर जा रहे हैं वो सब तो वड्डी एक चीज़ मैं तुहानू दस्सांगा पॉइंट जी। ये साड़िया अंग्रेजों के टाइम उत्ते टाइम टैसटड जड़िया ने पंजाब जड़िया इन्फेंट्री की रेजिमेंट्स ने यह तुम वेखोगे सारिया कास्ट बेस्ड ने जाट रेजिमेंट है डोगरा रेजिमेंट है सिख रेजिमेंट है राजपुताना राइफल रेजिमेंट है या अलग अलग ने यह उन्होंने ये सोच के रखे से भी एक इलाके के एक एरिए सिर्फ पंजाब रेजिमेंट वागू है जी एक मिक्स ने कुछ अदरवाइज ये सारिया जड़िया ने अलग ने इन्होंने अपने वॉर क्राइज ने बोले सोना हल होए चाहे भवानी माता की जय हो चाहे दुर्गा माता की जय हो अखीरते जदों अखीर के उत्ते जो कब्जा करना है उदों इन्फेंट्री के वॉर कराई काम आते जी चाहे जकारा बोले सौदा होए या भवानी माता की जय होए या कुछ अपनी देवी माता की मूर्ति लैके चलते लैके तुसी अगर अगर बॉन्डिंग जी साडे विच आपस च होंदी है वो लगातार इन्नी सर्विस के नाल ताही बॉन्डिंग होंदी है कि तुहानू पता होए कि असी इकट्ठे रहना जी वी प्रे टूगैदर वी स्टे टूगैदर एंड वी फाइट टूगैदर साडे चीज़ा होंदिया तीन चीज़ा होंदिया नाम नमक ते निशान जी फौज जी उहदा नाम की है उहदा नमक आया उहदा निशान जी उस लई अपनी असी जान दिंदे आ अपनी यूनिट वास्ते और अपने देश वास्ते उत्थों शुरुआत होंदी है अखीर वाला जिहड़ा कब्जा होंदा वो नारे ते होंदा वॉर कराई ते अग्निवीर नूं उहनां समझिया कि नहीं सारिआं च मिक्स करना है मेरा कि सिख रेजिमेंट दे विच ये सारे तरह की कास्ट मिक्स हो जाएगी जी तो वॉर कराई कि होएगा कुछ पता नहीं जी। दूसरी चीज़ हूँ एजुटेशन चल रही ने कि जो दो साल तो बाद भर्ती खुलनी सी ये भर्ती खुलने की बजाय स्कीम लागू होगी चार साल लई तुसी एक बच्चे नूं भर्ती कर रहे हो 17.5 साल की उम्र जी 23 साल की उम्र तक
ਉਸ ਤੋਂ ਸਿਰਫ 25% ਤੁਸੀਂ ਰਿਟੇਨ ਕਰ ਰਹੇ ਹੋ, ਚਾਰ ਪਿੱਛੇ ਇੱਕ ਬੰਦਾ ਰਿਟੇਨ ਕਰ ਰਿਹਾ, ਬਾਕੀਆਂ ਨੂੰ ਤੁਸੀਂ ਬਾਹਰ ਸਰਟੀਫਿਕੇਟ ਦੇ ਕੇ ਕਰ ਰਹੇ ਹੋ। ਕੀ ਉਹ ਬਾਹਰ ਜਾ ਕੇ ਅਗਰ ਉਹਨਾਂ ਨੂੰ ਜੋਬ ਨਹੀਂ ਮਿਲੀ ਜੀ, ਅਗਰ ਉਹ ਦੁਬਾਰਾ ਜਾ ਕੇ ਉਹਨਾਂ ਗਾਰਡ ਦੀ ਨੌਕਰੀ ਕਰਨੀ ਹੈ, ਇੱਥੇ ਇੱਥੇ ਤਨਖਾਹ ਹੈਗੀ 30,000 ਜੀ, ਅਤੇ ਲਾਸਟ 'ਤੇ 4 ਸਾਲ ਖਤਮ ਹੁੰਦੇ ਆ 40,000, ਉਹਦੇ ਵਿੱਚੋਂ ਵੀ 30% ਜਿਹੜਾ ਹੈ ਉਹਨਾਂ ਨੇ ਇੱਕ ਤਰ੍ਹਾਂ ਦਾ ਫੰਡ ਜਮ੍ਹਾਂ ਕਰਾਉਣਾ, ਉਹ 'ਚ ਉਨਾ ਹੀ ਗਵਰਨਮੈਂਟ ਪਾਏਗੀ ਜੀ। ਉਹ ਜਾਣ ਲੱਗਿਆ ਉਹਨਾਂ ਨੇ 11,00,000 ਰੁਪਇਆ ਦੇ ਕੇ ਉਹਨਾਂ ਦੇ ਹੱਥ 'ਚ ਸਰਟੀਫਿਕੇਟ ਦੇ ਕੇ ਉਹਨਾਂ ਕਹਿਣਾ ਜਾਓ ਜੀ। ਇਹ ਕਹਿਣਾ ਕਿ ਉਹਨਾਂ ਨੂੰ ਅਬਜ਼ਰਵ ਕੀਤਾ ਜਾਏਗਾ ਪੈਰਾਮਿਲਟਰੀ ਫੋਰਸਿਸ CAPF ਜਿਹਨੂੰ ਕਹਿੰਦੇ ਨੇ, ਜਿਹ 'ਚ CRPF ਔਰ ਦੂਸਰਾ CRPF ਹੈ ਜਾਂ BSF ਹੈ ਜੀ ਜਾਂ CSF ਹੈ ਜਾਂ ਅਸਾਮ ਰਾਈਫਲ ਜੀ। ਉਹ 'ਚ ਕਹਿੰਦੇ ਵੀ 10% ਅਸੀਂ ਲਿਆਂਗੇ, 10% ਇਜ਼ ਵੈਰੀ ਮੈਨਸਪੂਲ, 4-5 ਹਜ਼ਾਰ ਇੰਨੇ 46,000 ਤੁਸੀਂ ਭਰਤੀ ਕਰ ਰਹੇ ਹੋ ਔਰ ਲਗਾਤਾਰ ਓਵਰ ਪੀਰੀਅਡ ਆਫ ਟਾਈਮ ਜੀ। ਇਹਨਾਂ ਦਾ ਕਹਿਣਾ ਕਿ ਯੰਗ ਫੌਜ ਹੋਏਗੀ ਜੀ, ਇੱਕ ਤਰ੍ਹਾਂ ਦੇ ਅਗਨੀਵੀਰ ਤਿਆਰ ਕਰਾਂਗੇ ਜਿਹਨਾਂ ਦੀ ਇੱਕ ਲਾਇਬਿਲਿਟੀ ਨਹੀਂ ਹੋਏਗੀ, ਸ਼ਾਇਦ ਜਦੋਂ ਉਹਨਾਂ ਨੂੰ 4 ਸਾਲ ਬਾਅਦ ਕੀਤਾ ਜਾਏਗਾ ਉਸ ਤੋਂ ਬਾਅਦ ਜਾ ਕੇ ਉਹ ਮੈਰਿਜ ਕਰਨਗੇ ਜੀ। ਵੀ ਇਹ ਨਾ ਹੋਏਗਾ ਕਿ ਬਈ ਉਦੋਂ ਮੈਰਿਜ ਵੀ ਦੀ ਉਹਨਾਂ ਨੂੰ ਇਹ ਨਹੀਂ ਹੋਏਗੀ ਵੀ ਜਾ ਕੇ ਮੈਂ ਛੁੱਟੀ ਜਾਣਾ, ਜ਼ਿਆਦਾ ਜਲਦੀ ਨਾ ਕਰਨਗੇ। ਪਰ ਇੱਕ ਬਹੁਤ ਛੋਟੀਆਂ ਚੀਜ਼ਾਂ ਨੇ, ਮੈਂ ਸਮਝਦਾ ਵਾਂ ਕਿ ਇੱਕ ਤੁਸੀਂ ਡਿਨਾਈ ਕਰ ਰਹੇ ਹੋ ਕਿ ਯੂਥ ਨੂੰ ਇੱਕ ਸਿਕਿਓਰ ਜੋਬ ਤੋਂ, ਉਹ ਵੀ 2 ਸਾਲ ਦੀ ਭਰਤੀ ਰੋਕੀ ਰੋਕੀ ਜਿਹਨਾਂ ਕਿ ਟੈਸਟ ਪਾਸ ਕਰਕੇ ਬੱਚੇ ਬੈਠੇ ਨੇ। ਮੈਂ ਨਹੀਂ ਕਿਹਾ ਚਾਹੁੰਦਾ ਕਿ ਉਹ ਪਬਲਿਕ ਪ੍ਰੋਪਰਟੀ ਨੂੰ ਆਗਾਂ ਲਾਉਣ, ਮੈਂ ਨਹੀਂ ਚਾਹੁੰਦਾ ਕਿ ਟ੍ਰੇਨਸ ਨੂੰ ਜਲਾਉਣ, ਮੈਂ ਉਹਦੇ ਅਗੇਂਸਟ ਹਾਂ ਜੀ। ਪਰ ਉਹਨਾਂ ਦੇ ਹੱਥ 'ਚ ਕੋਈ ਚੀਜ਼ ਹੋਰ ਨਹੀਂ ਹੈ, ਉਹ ਕਿਵੇਂ ਆਪਣਾ ਗੁੱਸਾ ਜ਼ਾਹਿਰ। ਔਰ ਅਜੇ ਵੀ ਗਵਰਨਮੈਂਟ ਨੇ ਸਿਰਫ ਸਵਾਹ ਇਸ ਚੀਜ਼ ਤੋਂ ਕਿ 23 ਸਾਲ ਤੱਕ ਉਮਰ ਕਰਤੀ 21 ਤੋਂ, ਛੋਟਾ ਜਿਹਾ ਬਦਲਾਵ ਕਹਿ ਸਕਦੇ, ਇੱਕ ਬਦਲਾਵ ਕਹਿ ਦਿਓ, ਔਰ ਇੱਕ 10% ਜਿਹੜੀ ਹੈ ਔਰ ਕੁਛ ਕਾਰਪੋਰੇਟ ਹਾਊਸਿਸ ਨੇ ਕਿਹਾ ਕਿ ਅਸੀਂ ਅਬਜ਼ਰਵ ਕਰ ਲਾਂਗੇ, ਉਹ ਕੀ ਅਬਜ਼ਰਵ ਕਰਨਗੇ? ਕੀ ਉਹ ਮਤਲਬ ਐਜ ਅ ਸਿਕਿਉਰਿਟੀ ਗਾਰਡ? ਇਹ ਬੱਚੇ ਜਿਹੜੇ ਜਾ ਕੇ ਨੇ ਯੰਗ ਬੱਚੇ, ਐਕਚੁਲੀ ਤੁਸੀਂ ਪੈਦਾ ਕਰ ਰਹੇ ਹੋ ਇੱਕ ਗੈਂਗਸਟਰ ਬਣਨਗੇ। ਅਗਰ ਇਹਨਾਂ ਨੂੰ ਜੋਬ ਨਹੀਂ ਮਿਲੀ, ਇਹ ਵੱਡੀ ਗੱਲ ਹੈ, ਬਹੁਤ ਵੱਡੇ ਗੈਂਗਸਟਰ ਬਣਨਗੇ। ਗੈਂਗਸਟਰ ਤੋਂ ਇਲਾਵਾ ਇੱਕ ਬਹੁਤ ਹੀ ਖਤਰਨਾਕ ਚੀਜ਼ ਜਿਹੜੀ ਕਾਂਡ ਦੇਖੀ ਕੀਤੀ ਜਾ ਰਹੀ ਹੈ ਜੀ, ਇੱਕ ਟ੍ਰੇਨਡ ਕਰਕੇ ਤੁਸੀਂ 4 ਸਾਲ ਲਈ ISI ਪਾਕਿਸਤਾਨ ਦੀ ਤਿਆਰ ਬੈਠੀ ਇਹੋ ਜਿਹੇ ਬੰਦਿਆਂ ਨੂੰ ਲੈਣ ਲਈ, ਵੱਡੀ ਗੱਲ ਹੈ। ਕਸ਼ਮੀਰ ਦੇ ਵਿੱਚ ਉਹ ਬਾਹਰੋਂ ਬੰਦੇ ਭੇਜ ਰਹੇ ਨੇ ਜੀ, ਹੁਣ ਤੁਸੀਂ ਟ੍ਰੇਨ ਕਰਕੇ ਖੁਦ ਦੇ ਰਹੇ ਹੋ, ਖੁਦ ਦੇ ਰਹੇ ਹੋ। ਔਰ ਕੱਲ੍ਹ ਤੋਂ ਤੁਸੀਂ ਵੇਖੋਗੇ ਕਿ ਰਾਜਸਥਾਨ ਜਿਹੜੇ ਬਾਰਡਰ ਏਰੀਆ ਨੇ ਜੀ, ਰਾਜਸਥਾਨ 'ਚ ਅਤੇ ਪੰਜਾਬ 'ਚ ਦੁਬਾਰਾ ਫਿਰ ਟੈਰਰਿਜ਼ਮ ਸ਼ੁਰੂ ਹੋ ਜਾਏ ਜੀ। ਉਹ ਆ ਕੇ ਵੈਪਨ ਦੇਣਗੇ, ਟ੍ਰੇਨ ਨੇ ਵੈਪਨ ਬੰਦੇ ਬੈਠੇ ਨੇ, ਉਹਨਾਂ ਕੋਲ ਜੋਬ ਨਹੀਂ ਕੋਈ ਜੀ। ਉਹ ਕਹਿਣਗੇ ਸਾਡੇ ਕੋਲ ਇੰਨਾ ਪੈਸਾ ਲਓ, ਤੁਸੀਂ ਆ ਲਓ ਜੀ ਔਰ ਖੜ੍ਹੇ ਹੋ ਜਾਓ। ਤੁਸੀਂ ਐਂਟੀ ਸੋਸ਼ਲ ਐਲੀਮੈਂਟਸ ਨਹੀਂ, ਐਂਟੀ ਨੈਸ਼ਨਲ ਐਲੀਮੈਂਟਸ ਪੈਦਾ ਕਰ ਰਹੇ ਜੀ। ਜਾਣ ਲੈਂਦੇ ਹਾਂ ਬ੍ਰਿਗੇਡੀਅਰ ਸਾਹਿਬ, ਜਿਹੜੀ ਅਗਲੀ ਗੱਲ ਮੈਂ ਪੁੱਛਣ ਜਾ ਰਿਹਾ ਉਹ ਵਿਸ਼ਵ ਦੇ ਸੰਦਰਭ ਦੇ ਵਿੱਚ ਹੈ। ਵਿਸ਼ਵ ਭਰ ਵਿੱਚ ਵੱਖ ਵੱਖ ਦੇਸ਼ਾਂ 'ਚ ਇਸ ਤਰ੍ਹਾਂ ਨੌਜਵਾਨਾਂ ਨੂੰ ਲਿਆ ਜਾਂਦਾ, ਕੁਝ ਦੇਸ਼ਾਂ 'ਚ ਇਹ ਕਰਨਾ ਕੰਪਲਸਰੀ ਹੈ, ਪਰ ਕਹਿ ਸਕਦੇ ਹਾਂ ਵੀ ਇਸੇ ਤਰਜ਼ 'ਤੇ ਭਾਰਤ ਦੇ ਵਿੱਚ ਵੀ ਅਗਨੀਪਥ ਯੋਜਨਾ ਆਈ ਹੈ ਕੁਛ ਹੱਦ ਤੱਕ, ਕਿਉਂ ਜੋ ਬਾਕੀ ਦੇਸ਼ਾਂ 'ਚ ਉਹਨਾਂ ਨੂੰ ਕੋਸਕ੍ਰਿਪਟ ਕਹਿੰਦੇ ਹਾਂ, ਅਸੀਂ ਅਗਨੀਵੀਰ ਕਹਿੰਦੇ ਹਾਂ ਉਹਨਾਂ ਨੂੰ, ਕੋਸਕ੍ਰਿਪਟ ਕਹਿੰਦੇ ਨੇ ਜੀ, ਕਿਸੇ ਦੇਸ਼ 'ਚੋਂ 2 ਸਾਲ ਲਈ ਜਾਂਦੇ ਨੇ ਔਰ ਕੁਛ ਅਰਸੇ ਲਈ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਮੇਰਾ ਕਹਿਣਾ ਹੈ ਕਿ ਅੱਜ ਯੂਕਰੇਨ ਦੀ ਵਾਰ ਹੋ ਰਹੀ ਜੀ, ਇੱਕ ਲਾਈਵ ਐਗਜ਼ਾਮਪਲ ਹੈ ਕਿ ਰਸ਼ੀਆ ਕਿਉਂ ਮਾਰ ਖਾ ਰਿਹਾ ਜੀ। ਇਸਦਾ ਵੱਡਾ ਕਾਰਨ ਇਹ ਕਿ ਉਹਦੇ ਵਿੱਚ ਅਗਨੀਵੀਰ ਨੇ, ਰਸ਼ੀਆ ਦੇ ਕੋਲ ਅਗਨੀਵੀਰ ਮੇਰਾ ਮਤਲਬ ਕੋਨਸਕ੍ਰਿਪਟ ਨੇ ਜੀ, ਜਿਹੜੇ ਕਿ ਸਾਡਾ ਇੱਕ ਸਭ ਤੋਂ ਛੋਟਾ ਲੈਵਲ ਜਿਹੜਾ ਹੁੰਦਾ ਹੈ ਲੜਨ ਦਾ ਜੀ, ਇਨਫੈਂਟਰੀ 'ਚ ਕਹਿ ਲਓ, ਉਹ ਸੈਕਸ਼ਨ ਪਲਟੂਨ ਕੰਪਨੀ ਤੋਂ ਲੈ ਕੇ ਸਭ ਤੋਂ ਸੈਕਸ਼ਨ ਹੁੰਦੇ ਜੇ 10 ਬੰਦੇ ਹੁੰਦੇ ਜੀ, ਉਹਨਾਂ 'ਚ ਪਤਾ ਲੱਗਿਆ ਕਿ 10 ਬੰਦਿਆਂ 'ਚੋਂ 6 ਇਹਨਾਂ ਦੇ ਕੋਨਸਕ੍ਰਿਪਟ ਸਨ ਜਿਹੜੇ ਕਿ ਸਿਰਫ 2-2 ਸਾਲ ਦੀ ਸਰਵਿਸ, ਆਪਣੀ ਭਾਸ਼ਾ 'ਚ ਅਗਨੀਵੀਰ ਨੇ, ਅਗਨੀਵੀਰ ਸਨ ਜੀ। 6 ਅਗਨੀਵੀਰ ਪਿੱਛੇ 4 ਜਿਹੜੇ ਸਨ ਉਹ ਰੈਗੂਲਰ ਸਨ ਜਿਹੜੇ ਕਿ ਫੌਜੀ ਐਕਚੁਲੀ ਸਨ ਜੀ। ਉਹਨਾਂ ਨੇ ਦੇਖਿਆ ਵੀ 6 ਦੇ 6 ਅਗਨੀਵੀਰ ਭੱਜ ਗਏ, ਉਹ ਲੜਾਈ 'ਚ ਨਹੀਂ ਠਹਿਰ ਸਕੇ, ਉਹ 4 ਬੰਦੇ ਨਹੀਂ ਲੜ ਸਕੇ ਇਹਨਾਂ ਦੇ ਜੀ। ਸੋ ਇਹ ਤੁਸੀਂ ਇੱਕ ਵੇਖ ਲਿਆ ਵੀ ਕਿਵੇਂ ਹੈ ਕਿ ਅਸੀਂ ਪੈਨਸ਼ਨ ਬਚਾਉਣ ਦੇ ਚੱਕਰ 'ਚ ਅਸੀਂ ਚਾਹੁੰਦੇ ਹਾਂ, ਉਹ ਵੀ ਸਾਡੇ ਦੇਸ਼ 'ਚ ਜਿਹਦੇ ਕਿ ਗੇਟ 'ਤੇ ਦੁਸ਼ਮਣ ਖੜ੍ਹਾ ਜੀ, ਆ ਚਾਈਨਾ ਸਾਡੇ ਉੱਤੇ ਲਦਾਖ ਦੇ ਵਿੱਚ ਭਾਰੂ ਹੁੰਦਾ ਜਾ ਰਿਹਾ ਜੀ, ਕੱਲ੍ਹ ਸਾਡੀ ਗਲਵਾਨ ਦੀ ਲੜਾਈ ਹੋਈ ਸੀ, ਕੱਲ੍ਹ ਨੂੰ ਹੋਰ ਹੋਏਗੀ, ਪਾਕਿਸਤਾਨ ਹਮੇਸ਼ਾ ਸਾਡੇ ਨਾਲ ਜੂਝਦਾ ਰਿਹਾ ਜੀ, ਅਸੀਂ ਕਸ਼ਮੀਰ 'ਚ ਲੜਾਈਆਂ ਲੜਦੇ ਰਹੇ, ਕੀ ਇਹ ਜਾ ਕੇ ਉੱਥੇ ਟੈਰੋਰਿਜ਼ਮ ਦੇ ਨਾਲ ਕਿ ਉਹ ਕਰ ਸਕਣਗੇ ਮੁਕਾਬਲਾ? ਜਿਹਨਾਂ ਨੂੰ ਇਹ ਪਤਾ ਹੋਏ ਕਿ ਮੈਂ 4 ਸਾਲ ਬਾਅਦ ਚੱਲ ਜਾਣਾ, ਇਹਦਾ ਕੱਟ ਥਰੋਟ ਕੰਪਟੀਸ਼ਨ ਸ਼ੁਰੂ ਹੋ ਜਾਏਗਾ ਕਿ ਮੈਂ 25 'ਚ ਆ ਜਾਂ 4 ਬੰਦਿਆਂ 'ਚੋਂ, ਤਾਂ ਬਾਕੀ 3 ਨੂੰ ਉਹ ਕਿਸੇ ਤਰੀਕੇ ਨਾਲ ਬੌਂਡਿੰਗ ਖਤਮ ਹੋ ਜਾਏਗੀ, ਦੌੜ ਲੱਗ ਜਾਏਗੀ, ਇਹ ਕੱਟ ਥਰੋਟ ਕੰਪਟੀਸ਼ਨ ਸ਼ੁਰੂ ਹੋ ਜਾਏਗਾ ਕਿ ਮੈਂ ਪੱਕਾ ਹੋ ਜਾਂ ਬਾਕੀ ਇਹ ਰਹਿ ਜਾਏ।
ਉਹਨਾਂ 'ਚ ਕੋਈ ਬੌਂਡਿੰਗ ਨਹੀਂ ਹੋਏਗੀ, ਕੋਈ ਬ੍ਰਦਰਹੁੱਡ ਨਹੀਂ ਹੋਏਗਾ ਜਿਵੇਂ ਸਾਡੇ 'ਚ ਇਸ ਵਕਤ ਹੈ ਫੌਜ 'ਚ, ਉਹ ਖਤਮ ਹੋ ਜਾਏਗਾ। ਪਰ ਜੇਕਰ ਇਸ ਤਰ੍ਹਾਂ ਪਾੜ ਪੈਂਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਫੌਜ ਕਿੰਨਾ ਕੁ ਚਿਰ ਟਿਕ ਪਾਏਗੀ। ਇਸ ਕਰਕੇ ਅਸੀਂ ਸਮਝਦੇ ਹਾਂ ਐਜ਼ ਏ ਵੈਟਰਨਸ, ਮੈਂ ਰਿਹਾ, ਮੈਂ ਦੋ ਜੰਗਾਂ ਲੜੀਆਂ ਜੀ, ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਮੈਂ, ਕਿਉਂ ਜੋ ਕਿਸੇ ਵੀ ਸਿਪਾਹੀ ਨੂੰ ਕਿਸੇ ਵੀ ਫੌਜੀ ਨੂੰ ਜੀ ਅਗਰ ਉਹ ਲੜਾਈ ਦੇ ਵਿੱਚ ਨਹੀਂ ਜਿਹੜੀ ਜੰਗ ਲੜੀ ਉਹ ਮੈਂ ਸਮਝਦਾ ਕਿ ਸਿਪਾਹੀ ਕਰਾਉਣ ਦੇ ਕਾਬਿਲ ਨਹੀਂ। ਅਗਰ ਖੈਰ ਜੰਗ ਹੋਏਗੀ ਤਾਂ ਹੀ ਲੜੇਗਾ, ਪਰ ਮੇਰੀ ਖੁਸ਼ਕਿਸਮਤ ਸੀ ਮੈਂ ਦੋ ਲੜੀ। ਸੋ ਮੈਂ ਸਮਝਦਾ ਕਿ ਕਾਰਗਿਲ ਦੀ ਲੜਾਈ ਵਰਗੂ ਅਗਰ ਅਸੀਂ ਸਾਡੇ ਕੋਲ ਇਹੋ ਜਿਹੇ ਕੌਨਸਕ੍ਰਿਪਟ ਹੁੰਦੇ ਜਾਂ ਅਗਨੀਵੀਰ ਹੁੰਦੇ ਤਾਂ ਮੇਰਾ ਖਿਆਲ ਜਿਸ ਮੁਸ਼ਕਲਾਂ ਨਾਲ ਅਸੀਂ ਜਿਸ ਬੌਂਡਿੰਗ ਨਾਲ ਅਸੀਂ ਲੜਾਈ ਲੜੀ ਹੈ ਔਰ ਕਿਵੇਂ ਜ਼ੋਖਮ ਭਰੇ ਇਲਾਕੇ ਦੇ ਵਿੱਚ ਅਸੀਂ ਉਹਨਾਂ ਨੂੰ ਕਬਜ਼ਾ ਕੀਤਾ ਪਹਾੜੀਆਂ 'ਤੇ, ਜੇਕਰ ਇਹੀ 4 ਸਾਲ ਵਾਲੇ ਸਾਡੇ ਸੈਕਸ਼ਨਾਂ 'ਚ ਸ਼ਾਮਿਲ ਹੁੰਦੇ ਤਾਂ ਮੇਰਾ ਖਿਆਲ ਲੜਾਈ ਦਾ ਰੁੱਖ ਕੋਈ ਹੋਰ ਹੁੰਦਾ, ਜੋ ਕਿ ਮੇਰੀ ਸੋਚ ਹੈ, ਜੋ ਮੇਰੀ ਸਮਝ ਹੈ, ਜੋ ਮੇਰਾ ਖਿਆਲ। ਜਿਹੜੇ ਲੋਕ ਹੁਣ ਜਿਹੜੇ ਨੌਜਵਾਨ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ, ਅਸੀਂ ਹਮਾਇਤ ਨਹੀਂ ਕਰਦੇ, ਉਹ ਜੋ ਕਰ ਰਹੇ ਨੇ ਸਾੜਿਆ ਜਾ ਰਹੀਆਂ ਚੀਜ਼ਾਂ, ਪ੍ਰੋਪਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਸਰਕਾਰੀ ਹੋਵੇ ਜਾਂ ਪਬਲਿਕ ਹੋਵੇ, ਹਰੇਕ ਤਰ੍ਹਾਂ ਦੀ ਦਾ, ਪਰ ਤੁਹਾਨੂੰ ਉਹਨਾਂ ਦੇ ਭਵਿੱਖ ਨੂੰ ਲੈ ਕੇ ਕਿ ਤੁਸੀਂ ਕੀ ਮੰਨਦੇ ਹੋ ਕਿ ਉਹਨਾਂ ਦਾ ਭਵਿੱਖ ਹੁਣ ਹਨੇਰੇ ਦੇ ਵਿੱਚ ਜਾ ਰਿਹਾ, ਕਿਉਂਕਿ ਕਿਹਾ ਜਾ ਰਿਹਾ ਕਿ ਸਾਰੀਆਂ ਦੀਆਂ ਸਾਰੀਆਂ ਭਰਤੀਆਂ ਸਿਰਫ ਇੱਧਰੋਂ ਕੀਤੀਆਂ ਜਾਣਗੀਆਂ। ਜਿਹੜੇ ਬੱਚੇ 2 ਸਾਲ ਤੋਂ ਕੜੀ ਮਿਹਨਤ ਕਰ ਰਹੇ ਨੇ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਸਾਬਿਤ ਕਰਨ ਦੇ ਲਈ, ਉਹ ਯਤਨ ਕਰ ਰਹੇ ਨੇ, ਪੇਪਰ ਲਈ ਤਿਆਰ ਨੇ, ਉਹਨਾਂ ਦਾ ਭਵਿੱਖ ਹੁਣ ਕਿਹੋ ਜਿਹਾ ਹੋਊਗਾ? ਮੈਂ ਸਮਝਦਾ ਕਿ ਇਹ ਨੋਰਮਲ ਭਰਤੀ ਜਿਹੜੀ ਸੀ ਚੱਲਦੀ ਰਹਿਣੀ ਚਾਹੀਦੀ ਸੀ, ਇਹਦੇ ਨਾਲ ਹੀ ਅਗਨੀਵੀਰ ਵੀ ਨਾਲ ਸ਼ੁਰੂ ਕਰ ਦੇਣਾ ਚਾਹੀਦਾ ਸੀ। ਸਾਡੇ ਆਰਮੀ 'ਚ ਮੈਂ ਐਗਜ਼ਾਮਪਲ ਦੇ ਰਿਹਾ ਜੀ ਜੀ, ਸਾਡੇ ਫੌਜ 'ਚ ਆਫਿਸਰਸ ਲੈਵਲ 'ਤੇ ਅਸੀਂ ਸਾਡੇ ਸ਼ੋਰਟ ਸਰਵਿਸ ਕਮਿਸ਼ਨ ਦੇ ਆਫਿਸਰਸ ਨੇ ਜਿਹੜੇ ਕਿ 5 ਸਾਲ ਸਰਵਿਸ ਕਰਦੇ, ਜਿਹੜੇ ਉਹ ਫਿੱਟ ਰੱਖਦੇ ਨੇ ਅਸੀਂ ਰਮਿੰਦੇ, ਬਾਕੀ ਨਿਕਲ ਜਾਂਦੇ ਨੇ ਜੀ, ਪਰ ਬਾਕੀ ਰੈਗੂਲਰ ਅਫਸਰ ਜਿਹੜੇ ਨੇ ਉਹ ਤਾਂ ਨਹੀਂ ਬੰਦ ਹੋਏ ਨਾ, ਅਸੀਂ ਸਿਰਫ ਕੱਲ੍ਹ ਨੂੰ ਕਹੋਗੇ ਅਫਸਰ ਵੀ ਲੈਣੇ ਸ਼ੁਰੂ ਕਰ ਦਿਓ 5 ਸਾਲ ਲਈ ਜੀ, ਇਹ ਤਾਂ 4 ਸਾਲ ਲਈ ਕੀਤਾ, ਮੈਨੂੰ ਨਹੀਂ ਪਤਾ ਕਿ 4 ਸਾਲ ਲਈ ਕਿਉਂ ਜੀ। ਅੱਜ ਕੋਈ ਸਾਂਸਦ ਬਣਦਾ ਉਹ ਵੀ 5 ਸਾਲ ਹੀ ਬਣਦਾ ਜੀ, ਉਹ ਤੋਂ ਬਾਅਦ ਉਹਨੂੰ ਵੀ ਪੈਨਸ਼ਨ ਮਿਲਦੀ ਹੈ ਜੀ, ਉਦੋਂ ਕਿਉਂ ਨਹੀਂ ਕੀਤਾ? ਇਹ ਅਗਰ ਟਰਾਈ ਕਰਨਾ ਸੀ ਤਾਂ ਪਹਿਲਾਂ ਪੈਰਾਮਿਲਟਰੀ ਫੋਰਸਿਸ 'ਚ ਕਿਉਂ ਨਹੀਂ ਕੀਤਾ, ਆਰਮੀ 'ਚ ਕਿਉਂ ਕੀਤਾ ਜੀ? ਮੇਰਾ ਖਿਆਲ ਹੈ ਕਿ ਗਲਤ ਚੀਜ਼ ਕਿ ਉਹਨੂੰ ਰਿਪਲੇਸ ਕਰਨਾ ਇੱਕ ਆਮ ਭਰਤੀ ਨੂੰ, ਜਿਸ 'ਚ ਕਿ ਇੱਕ ਬੱਚਾ ਟਰਾਈ ਕਰ ਰਿਹਾ, ਵੇਟ ਕਰ ਰਿਹਾ, ਉਹ ਵੀ 2 ਸਾਲ ਦੇ ਵਿੱਚ ਜਦੋਂ ਕਿ ਭਰਤੀ ਟੈਸਟ ਦੇ ਚੁੱਕੇ ਨੇ, ਔਰ ਉਹਨਾਂ 'ਚ ਗੁੱਸਾ ਤਾਂ ਹੈ। ਮੈਂ ਉਹਨਾਂ ਦੀ ਇਹ ਹਮਾਇਤ ਨਹੀਂ ਕਰਦਾ ਕਤਈ ਕਿ ਉਹ ਗਵਰਨਮੈਂਟ ਦੀ ਪ੍ਰੋਪਰਟੀ ਨੂੰ ਕੋਈ ਜਲਾਉਣ ਜਾਂ ਉਹਨੂੰ ਠੀਕ ਕਰ ਰਹੇ ਨੇ, ਪਰ ਉਹਨਾਂ ਗੁੱਸਾ ਜ਼ਾਹਿਰ ਕਰਨਾ ਹੈ। ਗੁੱਸਾ ਜ਼ਾਹਿਰ ਕਰਨ 'ਤੇ ਕਿਉਂ ਰਿਐਕਟ ਕੀਤਾ ਕਿ ਫਿਰ 2 ਸਾਲ ਦੀ ਇੱਕ ਵਧਾਤੀ, ਫਿਰ 10% ਨੂੰ ਰੱਖਣੇ ਸ਼ੁਰੂ ਕਰਤੇ ਵੀ ਤਾਂ ਕਰਾਂਗੇ ਆਹ ਕਰਾਂਗੇ, ਪਰ ਅਜੇ ਵੀ ਮੇਰਾ ਖਿਆਲ ਗਵਰਨਮੈਂਟ ਐਡਮੈਂਟ ਹੈ, ਜਿਹਦੇ ਖਿਲਾਫ਼ ਮੈਂ ਹੈ ਹਾਂ ਕਿ ਇਹ ਸਕੀਮ ਲਾਗੂ ਨਹੀਂ ਹੋਣੀ ਚਾਹੀਦੀ, ਨੋਰਮਲ ਭਰਤੀ ਚੱਲਦੀ ਰਹਿਣੀ ਚਾਹੀਦੀ ਹੈ, ਇਹਦੇ ਨਾਲ ਨਾਲ ਹੀ ਇਹ ਸਕੀਮ ਭਰਤੀ ਚੱਲਦੀ ਰਹਿਣੀ ਚਾਹੀਦੀ। ਸਰਕਾਰਾਂ ਵਿਰੋਧ ਕਰ ਰਹੀਆਂ ਨੇ, ਸਿਰਫ ਜੇ ਮੰਨ ਲਈਏ ਤਾਂ BJP ਦੇ ਆਗੂ ਜਾਂ ਜਿੱਥੇ ਜਿੱਥੇ BJP ਦੀਆਂ ਸਰਕਾਰਾਂ ਨੇ ਉਹ ਗੱਲ ਕਰ ਰਹੇ ਨੇ ਪੱਖ 'ਚ, ਬਾਕੀ ਸਰਕਾਰਾਂ ਇਸ ਦੇ ਵਿਰੋਧ 'ਚ ਗੱਲ ਕਰ ਰਹੀਆਂ ਨੇ, ਪਰ ਫਿਰ ਵੀ ਨੋਟੀਫਿਕੇਸ਼ਨ ਤਾਂ ਜਾਰੀ ਹੋ ਗਿਆ, ਹੁਣ ਇਹਦਾ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ ਅੱਗੇ? ਮੈਂ ਦੇਖਣਾ ਕਿ ਭਵਿੱਖ ਜਿਹੜਾ ਇਹ ਅੱਛਾ ਨਹੀਂ ਹੋਏਗਾ, ਕਿਉਂ ਜੋ ਪਹਿਲੀ ਗੱਲ ਕਿ ਇੱਕ ਅਨਰੈਸਟ ਇੱਕ ਯੂਥ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਵਜੋਂ ਇੱਕ ਹੋਏਗੀ, ਜਿਹਨਾਂ ਨੂੰ ਕਿ ਜਿਹੜਾ ਇਸੇ 'ਤੇ ਡਿਪੈਂਡ ਕਰਦਾ ਹੈ ਔਰ ਭਰਤੀ ਹੁੰਦੇ ਨੇ, ਜਿਹਨਾਂ ਜੱਦੀ ਪੁਸ਼ਤੀ ਸਾਰੀ ਜਨਰੇਸ਼ਨ ਚੱਲ ਰਹੀ ਹੈ, ਅੱਜ ਉਹ ਅਗਨੀਵੀਰ ਜਾ ਕੇ 4 ਸਾਲ ਬਾਅਦ ਜਾ ਕੇ ਕੀ ਕਰਨਗੇ ਬਾਅਦ, ਉਹਨਾਂ ਨੂੰ ਆਪਣਾ ਭਵਿੱਖ ਬਿਲਕੁਲ ਡਾਰਕ ਨਜ਼ਰ ਆ ਰਿਹਾ। ਔਰ ਮੈਂ ਖਿਲਾਫ਼ ਹਾਂ, ਮੈਂ ਅਜੇ ਵੀ ਕਹਿਣਾ ਗਵਰਨਮੈਂਟ ਅਜੇ ਵੀ ਸਮਝ ਜਾਏ, ਉਹਨਾਂ ਦੀ ਗਵਰਨਮੈਂਟ ਜਿਹੜੇ ਨੇ ਉਹਨਾਂ ਦੇ ਵੱਲ ਕਰ ਰਹੇ ਨੇ, ਈਵਨ ਸਾਡੇ ਸਰਵਿੰਗ ਆਫਿਸਰਸ ਵੀ ਕਰ ਰਹੇ ਨੇ, ਕਿਉਂ ਜੋ ਗਵਰਨਮੈਂਟ ਦੇ ਵੱਲੋਂ ਕਿਹਾ ਜਾਇਆ ਜਾ ਰਿਹਾ ਵੀ ਤੁਸੀਂ ਇਹ ਕਰੋ। ਪਰ ਗਵਰਨਮੈਂਟ ਦਾ ਕਹਿਣਾ ਹੈ ਕਿ 1999 ਤੋਂ ਕੰਮ ਚੱਲ ਰਿਹਾ ਸੀ ਇਸ 'ਤੇ, ਪਹਿਲਾਂ ਕਿਉਂ ਨਹੀਂ ਲਾਗੂ ਕੀਤਾ ਗਿਆ ਜੋ ਇੰਨੇ ਸਮੇਂ ਲੰਬੇ ਸਮੇਂ ਤੋਂ ਇੰਨੀ ਸਟੱਡੀ ਜੇ ਇਸ 'ਤੇ ਕੀਤੀ ਗਈ ਹੈ, ਤਾਂ ਫਿਰ ਇਸ ਤਰ੍ਹਾਂ ਵਿਰੋਧ ਤਾਂ ਹੋਣਾ ਬਣਦਾ ਹੀ ਨਹੀਂ ਸੀ। ਨਾ ਨਾ, ਲਾਗੂ ਪਹਿਲਾਂ ਨਹੀਂ ਕੀਤਾ ਗਿਆ, ਵਿਰੋਧ ਤਾਂ ਹੁਣ, ਵਿਰੋਧ ਦੀ ਗੱਲ ਹੀ ਕੋਈ ਨਹੀਂ, ਜਦੋਂ ਲਾਗੂ ਕਰਨ ਦਾ ਸਿਸਟਮ ਹੀ ਗਲਤ ਹੈ। ਇਸੇ ਨੂੰ ਅਗਰ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਕੀਤਾ ਜਾਂਦਾ ਲਾਗੂ, ਬਾਕੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀ, ਅਤੇ ਕੋਈ ਕਿਸੇ ਨੂੰ ਕੋਈ ਗੱਲ ਨਹੀਂ ਸੀ ਜੀ, ਕੋਈ ਉਜ਼ਰ ਨਹੀਂ ਸੀ ਕਿ ਬਾਕੀ ਵੀ ਚੱਲਦਾ ਰਹਿੰਦਾ, ਜੇ ਕਿਸੇ ਨੇ ਆਉਣਾ ਅਗਨੀਵੀਰ 'ਚ 4 ਸਾਲ ਕਰਨਾ ਹੀ ਕਰ ਲਓ, ਉਹਨੂੰ ਇੰਨੀ ਤਨਖਾਹ ਮਿਲੇਗੀ, ਇੱਕ ਤਰ੍ਹਾਂ ਦਾ ਇੱਕ ਹਾਈ ਗ੍ਰੇਡਿਡ ਸਿਕਿਉਰਿਟੀ ਗਾਰਡ ਹੀ ਹੈ ਜੀ। ਇੱਕ 30,000 ਤੁਸੀਂ ਤਨਖਾਹ ਦੇ ਰਹੇ ਹੋ ਜੀ, ਜਾਂ 40,000 ਲਾਸਟ 'ਤੇ ਪਾਉਂਦੇ ਹੋ, ਉਹਦੇ ਵਿੱਚੋਂ ਇੰਨਾ 30% ਤੁਸੀਂ ਕੱਟੀ ਜਾਂਦੇ ਹੋ ਜੀ, ਉਹਨੂੰ ਉਨਾ ਮਿਲਦਾ, ਨਾ ਉਹਨੂੰ ਕੰਟੀਨ ਫੈਸਿਲਿਟੀ ਹੈ, ਨਾ ਉਹਨਾਂ ਕੋਲ ਕੋਈ ਹੋਰ ਕੋਈ ਸੁਵਿਧਾ ਹੈ, ਨਾ ਉਹਨੂੰ ਹੈਲਥ ਦਾ ਹੈ ਜੀ, ਕੋਸ਼ਿਸ਼ ਨਹੀਂ ਹੈ। ਇੰਸ਼ੋਰੈਂਸ ਜ਼ਰੂਰ ਹੈ ਕਿ ਜੇ ਤੁਸੀਂ ਉਹਨਾਂ ਨੂੰ ਬਾਈ ਚਾਂਸ ਉਹਦੀ ਡੈਥ ਹੋ ਜਾਂਦੀ ਤਾਂ ਉਹਨੂੰ ਇੰਨਾ ਪੈਸਾ ਮਿਲੇਗਾ, ਉਹਦੀ ਫੈਮਿਲੀ ਨੂੰ ਕੋਈ
ना उन्होंने कोई होर कोई है, उस तो बाद तुसी सर्टिफिकेट दे के एक सिंपली कर देंगे दे, कोई अश्योर नहीं कर देना जॉब, या तो हो ना कि अश्योर्ड है कि तुसी इस तो बाद CISF चल जाओगे जी, अब्जॉर्ब हो जाओगे। उन्होंने पहला अपन तलवारा कड़िया ने कि मैं सवाल नहीं पता होता डिफेंस मिनिस्ट्री के किसी बंद नहीं है, अगर वो एडामेंट ने तो तुम पहला लागू करके उत्थे क्यों देखा जी, एक आर्मी जिहड़ी कि दुश्मन नाल लड़दी सीधी तौर पर उत्थे आगू क्यों किया लागू की है अग्निवीर या अग्निपथ जी। कह सकते हैं कि अंत में चार साल पूरे होने तो बाद 25% तो मान लिया जे जाएंगे सीधे तौर पर, पिछे जेडे 75% रह जाते हैं उन्होंने भविख तो नेरे दे विच है ही है, वो एक खतरनाक एलीमेंट बन के रह जाएंगे, एक खतरनाक एलीमेंट बन के रहेंगे जेडे कि जिन्हों के ISI पाकिस्तान के जी कि बहुत एक इंटैलीजेंस सर्विस जी पहला इन्होंने चीज़ों बिलीव करती है वो इस एक्सप्लॉइट करेगी जी, और ये बंदे अंसर जोड़े यहोजे बन के या खुद गैंगस्टर बन जाएंगे या गैंग लीडर बन जाएंगे या गैंग नू ज्वाइन कर लेंगे जी, वैल ट्रेन ने जी, जिन्होंने पता लगे भी वैल ट्रेन बंदा है उन्होंने उस वक्त उन्होंने रख लेना भी ये तो बेस्ट है साढ़े वास्ते जी, और खास तौर पर ISI वो तो वेख रहे हैं कदों ये अग्निवीर आन जी असं इन्हों ले जी। सो दर्शकों ने सुनिया, तुसी सब ने सुनिया कि किन्ने चंगी तरह ब्रिगेडियर जी ने तुहानू सारी जानकारी अग्निपथ के संदर्भ दे विच दित्ती है। अंत दे विच एक आदर्श दे तौर पर सवाल पूछना चाहांगा, असी सारे इन्हां दे इसे करके इन्हां दी प्रशंसा करदे हां, मैं जिस समय असी इंटरव्यू शुरू करन तो पहला ही बैठे हुए सी उस समय भी मैं गल कर रहा सी करनल शेर खां दी गल कर रहा सर मैं, तुसी उन्होंने लिए एक फेवर किया, बेशक वो दुश्मन सी पर मैं चाहना कि तुसी साढ़े दर्शकों वो सारी घटना दसो कि किस तरह वो सारा होया ते करनल शेर खां नूं तुसी पाकिस्तान का सब तो वड्डा अवार्ड दवाया। कारगिल की लड़ाई दे विच मैनू दिता गया सी असाइन किया गया सी जॉब टाइगर हिल लैन दा जी, एक बहुत वड्डा बड़ा स्ट्रैटेजिक ऑब्जेक्टिव सी। उस लड़ाई के 18 ग्रेनेडियर तो मैं 8 सिख नूं लड़ाया जी, 8 सिख तो जाके जदों कब्जा कर लिया सी वैसटन साइड ते, ते तीन वारी काउंटर अटैक, क्यों जो उस वक्त उन्होंने पता लग गया भी क्यों जो साढ़े प्राइम मिनिस्टर आदरणीय श्री अटल बिहारी वाजपेई जी ने अनाउंस करता सी 9 बजे 4 जुलाई में मैं कब्जा किया सी 4 बजे सवेरे जी, 9 बजे अनाउंस करता कि टाइगर हिल पर हमारे लड़कों ने कब्जा कर लिया जी। उस नाल उन्होंने उत्तों मुशरफ दिया या जो भी सी पाकिस्तान वालों ऑर्डर आए कि किसी भी तरह दोबारा टाइगर हिल नूं लिया जाए जी। तीन काउंटर अटैक आए जिन्हों लीड कर रहा सी एक यंग मुंडा जी जिन्हें ट्रैक सूट पाया सी, और इतों तक भी साढ़े वो एक पोस्ट तो तक के अखीर दे उत्ते लास्ट ते इंडिया गेट वाली पोस्ट सी उत्थे लड़ाई गुथम गुथा हुई, एक तरह का दोबारा एक दूसरी सारागढ़ी बन गई जी। ये नहीं सी पता कि अज इधर हो जाए दोबारा वो तीन बारी फिर जाते फिर अटैक हों फिर लै आता वापस फिर नुकसान करता सी, हथों हथ लड़ाई हुई तो उत्थे एक सिपाही सतपाल सिंह जो कोई जख्मी हालत से जिन्हों मैं बाद सूबेदार निर्मल साहब ने कहा कि इन्हों इन कहो कि इनू ट्रैक सूट वाले लड़के मारने अवसर लगता मैनू जी। जदों ही मरिया जदों ही उन्होंने शूट किया उन्हें नज़दीक तो जी वो सारे बाद भज गए, उस तो बाद असी बॉडीज़ कर लग पे भी किसी दबाउणियां ने बॉडी जी। मेरे जहन च मेरे दिमाग च उसकी बहादुरी का अजे भी सी, मैं कह सक क्यों जो मैं लड़ाई नूं लगातार देख रहा सी जी, और वार वार अफसर दे अगे आना क्यों जो मैं 71 लड़ाई भी लड़ी है जी, पर मैं पाकिस्तानी अफसर नूं कोई लीड करदिया नहीं देखिया जो कि कर रहा सी जी, और मेरे भावें उन्हें यूनीफॉर्म नहीं पाई सी पर मैनूं पक्का सी कि अफसर है, और मैं वेखना चाहुंदा सी कि है कौन। मैं अपने क्यों जो ऊंचाई पर सी 16,700 ते लड़ाई चल रही थी जी, असी उहदा मैं बॉडी ऑर्डर दे के प्राइवेट पोर्टर्स नाल मैं आख्या बड़ी इज्जत नाल उहदी बॉडी इस लड़के की इत्थे लैके आओ, मैं अपने ब्रिगेड हैडक्वार्टर च लई उहदी लैटर्स पढ़िया, उहदा नाम लिखिया सी कैप्टन करनाल शेर खान, कैप्टन करनल शेर खान, करनल शेर खान। सो अजीब भी लगा क्यों जो कई तौर पर पाकिस्तान यहोजे कोई नाम नहीं सुने जेडे कि कर्नल लिखा हुआ ना या किस तरह साढ़े जरनैल सिंह करनैल सिंह तो है ने नॉर्मल बे बंदा हो गया बना जी, वो चो बाद चलो ठीक है मैं वो इबारत ने गल की तो उन्होंने दस्या भी किवें नाँ रखा गया कर्नल शेर खान, वो बेगम दी लैटर्स पढ़िया, ये सारे डॉक्यूमेंट्स पढ़ा के तो मैं GOC साहब अपने जनरल साहब नूं दरखास्त की कि इहदी बॉडी सर मैं पाकिस्तान वापस भेजना चाहुंदा दिल्ली के थ्रू। उन्होंने
सब ने कई ने कहा भी कि नहीं रहन दो, किसी पाकिस्तान ने पहले कहा कि साढ़े कोई लड़ नहीं रहा रेगुलर आर्मी जी, तो इस करके सारे अतवादी ने दूजे ने वो लड़ रहे ने क्यों जो साढ़े को सबूत सी सोस कागजी सबूत करके मैं क्या भी ये असं प्रूव कर देंगे कि आ ये है ने जिहड़ा ऑफिसर है ये 12 लाइट है और नदन लाइट इनफेंट्री का और रेगुलर है सारे डॉक्यूमेंट्स नाल ने जी। जदों ये बॉडी उन्हों भेजना सी डॉक्यूमेंटेशन पूरी हो रही सी अचानक मेरे दिल ने मेरे दिल चो आवाज़ आई कि इस अफसर ने बड़ी बहादुरी नाल लड़ाई की है, चाहे ठीक है सानू अखीर दे उत्ते उन्हों मारना पिया पर हुण एक चाहे वह दुश्मन सी साडा पर इस वेले सिपाही है तौर पर मैं मेरे दिल ने गवाही दिती। मैं फटाफट एक कागज़ कढ़िया और उस चार लाइना सिर्फ लिखिया कि कैप्टन करनाल शेर खान ऑफ 12 लड़ाई हैज़ फॉट वेरी ब्रेवली एंड ही मस्ट बी गिवन हिज ड्यू रेकोगनीशन पासे लिख के। उदों मैनू नहीं सी पता कि किसी ने चिट वेखनी भी है, ये बॉडी वापस जानी भी है कि नहीं भी जानी, पर जो मेरे दिल ने कहा उसकी बहादुरी दाद मैं देती और चिट्ठी उसकी जेब च पा दी जी। पाकिस्तान ने वाकई ना करती कि साडा कोई है नहीं बंदा, असी वो बॉडी जी अखीर ते रैड क्रॉस नू हैंडओवर करती। रैड क्रॉस ने जोर पा के अखीर के उत्ते बॉडी पाकिस्तान नू लैणी पई जी, सौंप दित्ती 15 दिन बाद या 20 दिन बाद वेट कर दी रही बॉडी उत्ते। जांदे बॉडी मेरी सब तो वड्डी मैनू ये बहुत खुशी की गल है कि चिट किसी ने कढ के वेखी और उस तो बाद ही उन्होंने मुशरफ को सारों कहा भी रैकगनाइज करो जेडे कि तुहाड़े लड़े ने जवान, उन्होंने जाना दी अपन अपने वतन दी जी, चाहे वह पाकिस्तान है चाहे असी हाँ जी। इस करके उन्होंने रैकगनाइज की जाए बहादुरी और मैं बड़ी खुशी हुई बाद पता लगा कि उन्होंने निशाने हैदर मिलया जो कि पाकिस्तान का हाईएसट अवार्ड है। और मेरा ख्याल है कि मैं कुछ किस्मत इस करके भी हाँ कि मैं उसकी भी साइटेशन लिखी जी, एक दुश्मन की उन्होंने निशाने हैदर मिलया जिहड़ा कि सब तो हाईएसट अवार्ड है और अपने जवान की भी लिखी योगेंद्र यादव की जिन्हों के परमवीर चक्र दिता जी। सो मेरा ख्याल है कि हिस्ट्री वॉरफेयर पहली बार होएगा कि एक ही कमांडर के हाथ दुश्मन का भी हाईएसट अवार्ड और अपना भी अवार्ड। एक तरह की गल हों साडा साइक एक साडा कल्चर सानू यह सिखाता है कि दुश्मन उदों तक दुश्मन है जो चले जाता है, वो अगर बहादुरी ने लड़िया तो उदों भी उसकी दाद देनी जरूरी चाहिए है, दिल मनता है और दाद देनी चाहिए जी। ये चंगा आदर्श है, मैं लगता है कि साडे दर्शक जिहड़े भी देख रहे होणगे वो इस गल नूं चंगी तरह समझणगे कि जेकर कोई चंगा काम करता है कोई बहादुरी दे नाल काम कर रहा है तो बेशक वो दुश्मन होवे उहदी दाद देनी बनती है। इसकी जो जिंदा मिसाल तुसी वेख रहे हो बाजवा साहब साडे नाल बैठे हुए ने, उन्होंने बड़ी खूबसूरती दे नाल सारी गल बयान की। तो इस दे नाल असी उम्मीद करते हैं कि तुहानू अग्निपथ स्कीम दे नाल जुड़े हुए सारे सवालों के जवाब भी मिल गए होणगे। असी धन्नवाद करते हैं ब्रिगेडियर बाजवा साहब का, तुसी सानू सारी जानकारी दित्ती, तुहाडा बहुत बहुत धन्नवाद, बहुत बहुत शुक्रिया जी, बहुत बहुत शुक्रिया। सो ये अग्निपथ दे नाल जुड़ी हुई अहम रिपोर्ट जिस दे विच असी तजुर्बेकार ब्रिगेडियर बाजवा जी तो तुहानू सारी जानकारी तफसील दे नाल दवाई है कि किस तरह अग्निपथ स्कीम फायदेमंद है लाहेवंद है जां फिर नुकसानदेह है। सो अजिहियां वधेरे रिपोर्टां दे लई तुसी साडे नाल जुड़े रहो ते वेखते रहो पंजाबी नैशनल टीवी। बहुत बहुत धन्नवाद।